ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਉਹ ਆਪ ਸਰਬਤ ਸੰਗਤਾਂ ਨੂੰ ਪਤਾ ਹੀ ਹੈ ਜੋ ਕਿ ਸਤਲੁਜ ਵਿੱਚ ਪਾਣੀ ਆਉਣ ਦੇ ਕਾਰਨ ਗਰੀਬ ਕੁੱਲੀਆਂ ਵਾਲੇ ਝੁੱਗੀਆਂ ਵਾਲਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ। ਸੋ ਉਹਨਾਂ ਦਾ ਜਿੰਨਾ ਵੀ ਰਾਸ਼ਨ ਦਾ ਸਮਾਨ ਜਾਂ ਘਰ ਦਾ ਸਮਾਨ ਉਹ ਸਾਰਾ ਸਤਲੁਜ ਦੇ ਵਿੱਚ ਰੁੜ ਗਿਆ। ਸੋ ਉਹਨਾਂ ਵਾਸਤੇ ਪਰਸੂ ਰੋਜ਼ ਤੋਂ ਪ੍ਰਸ਼ਾਦਿਆਂ ਦੀ ਸੇਵਾ ਹੋ ਰਹੀ ਹੈ। ਕੱਲ੍ਹ ਰਾਤ ਵੀ ਪਿੰਡ ਜੋਧਵਾਲ ਤੋਂ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਪ੍ਰਸ਼ਾਦੇ ਦੇ ਲੰਗਰ ਲੈ ਕੇ ਗਏ। ਆ ਹੁਣ ਵੀ ਸਾਰੀਆਂ ਸੰਗਤਾਂ ਮਾਈਆਂ ਭਾਈਆਂ ਵੱਲੋਂ ਸਾਡੇ ਸਤਿਕਾਰਯੋਗ ਬਾਪੂ ਬਿੰਦਰ ਜੀ, ਵੀਰ ਲਾਡੀ ਜੀ, ਲਾਲਾ ਜੀ, ਸਾਰੇ ਵੀਰਾਂ ਵੱਲੋਂ ਰਲ ਮਿਲ ਕੇ ਗੁਰੂ ਕੇ ਲੰਗਰ ਤਿਆਰ ਕੀਤੇ ਗਏ ਹੈ। ਅਤੇ ਆਸ ਕਰਦੇ ਹਾਂ ਜਿੱਥੇ ਜਿੱਥੇ ਵੀ ਗੁਰੂ ਨਾਨਕ ਲੇਵਾ ਸਿੱਖ ਸੰਗਤਾਂ ਬੈਠੀਆਂ ਨੇ ਉਹ ਹਰ ਇੱਕ ਦੁਖੀਏ ਦਾ ਸਹਾਰਾ ਬਣਨ। ਜਿੱਥੇ ਵੀ ਲੰਗਰ ਦੀ ਲੋੜ ਹੈ ਉਹ ਸਾਡੇ ਨਾਲ ਇੱਕ ਵਾਰੀ ਫੋਨ 'ਤੇ ਸੰਪਰਕ ਕਰਨ। ਜਿੱਥੇ ਵੀ ਲੰਗਰ ਦੀ ਲੋੜ ਹੈ ਉੱਥੇ ਲੰਗਰ ਪਹੁੰਚਾਇਆ ਜਾਏਗਾ। ਸਾਡੇ ਕੋਨੈਕਟ 98727-95182, 98727-95182, ਦੂਜਾ ਨੰਬਰ 98787-04-76, 98787-04-76। ਸੋ ਭਾਈ ਇਹਨਾਂ ਨੰਬਰਾਂ 'ਤੇ ਸੰਪਰਕ ਕਰੋ। ਨਗਰ ਜੋਧਵਾਲ ਤੋਂ ਸਾਰੀ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਜਾ ਰਹੇ ਨੇ। ਜਿੱਥੇ ਜਿੱਥੇ ਵੀ ਲੰਗਰ ਦੀ ਲੋੜ ਹੈ ਉਹ ਭਾਈ ਸੰਪਰਕ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਰ ਤੂੰ ਕੰਮ, ਮੈਂ ਤੈਨੂੰ ਕੀ ਕਿਹਾ ਇੱਥੇ ਖੜ, ਉਹ ਫਿਰ ਉਹ ਮਾਮਾ ਨੂੰ ਫੜਾ ਕੇ ਉੱਧਰ ਕਰਕੇ ਫਿਰ ਵਿੱਚ ਲੱਗ ਜਾਂਦੇ। ਬੱਚਿਆਂ ਨੂੰ ਮਿਲ ਗਏ, ਉਹਨੇ ਫਿਰ ਉਹਨੇ ਮੋੜਤੇ ਆ। ਚਲੋ ਬੱਚੇ ਹੋ ਗਏ। ਪ੍ਰਸ਼ਾਦਾ ਜੀ, ਪ੍ਰਸ਼ਾਦਾ ਜੀ, ਪ੍ਰਸ਼ਾਦਾ ਜੀ।